श्री गुरु नानक देव जी दे प्रकाश पुरब दे मौके पंजाब सरकार वालों लगाई गई प्रदर्शनी दे विच राजपुर दे रहण वाले अभिषेक कुमार चौहान वालों लाई गई प्रदर्शनी सारियां दे लई खिच दा केंद्र बनी रही, क्योंकि अभिषेक कुमार चौहान अखां उत्ते काली पट्टी बन के सजावट दा समान तैयार करदा है। ओ एक काम पिछले 5 सालां तो लगातार कर रहा है। ਤੁਹਾਨੂੰ ਦੱਸ ਦਈਏ ਕਿ ਅੱਖਾਂ ਦੇ ਕਾਲੀ ਪੱਟੀ ਬਣ ਕੇ ਕਲਾਕ੍ਰਿਤੀਆਂ ਬਣਾਉਣ ਦੇ ਲਈ ਅਭਿਸ਼ੇਕ ਦਾ ਨਾਮ ਇੰਡੀਅਨ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਦਰਜ ਹੈ ਅਤੇ ਦੇਸ਼ ਦੀਆਂ ਪ੍ਰਮੁੱਖ ਹਸਤੀਆਂ ਵੱਲੋਂ ਅਤੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਅਭਿਸ਼ੇਕ ਚੌਹਾਨ ਨੇ ਨੌਜਵਾਨਾਂ ਨੂੰ ਆਪਣਾ ਵਿਰਸਾ ਸੰਭਾਲਣ ਦੀ ਅਪੀਲ ਕੀਤੀ ਹੈ। ਸਾਰੀ ਪ੍ਰਦਰਸ਼ਨੀ ਜਿੰਨੇ ਵੀ ਘਾਤ ਤੁਸੀਂ ਬਣੇ ਦੇਖ ਰਹੇ ਹੋ ਸਾਡੇ ਵਿਰਸੇ ਤੋਂ ਬਿਲੋਂਗ ਕਰਦੀ ਹੈ। ਇਹ ਕਲਾ ਮੈਂ ਆਪਣੇ ਦਾਦਾ ਜੀ ਤੋਂ ਸਿੱਖੀ ਹੈ ਅਤੇ ਦਾਦਾ ਜੀ ਨੇ ਸਾਡੇ ਚਾਚਾ ਜੀ ਤੋਂ ਸਿੱਖੀ ਸੀ, ਦਾਦਾ ਜੀ ਨੇ ਆਪਣੇ ਚਾਚਾ ਜੀ ਤੋਂ ਸਿੱਖੀ ਸੀ ਅਤੇ ਸਾਡੀ ਪੀੜ੍ਹੀ 'ਚ ਅੱਜ ਤੋਂ 150 ਸਾਲ ਪਹਿਲਾਂ ਇਹ ਕਲਾ ਵਿੱਚ ਕੰਮ ਹੁੰਦਾ ਸੀ ਅਤੇ ਉਸ ਤੋਂ ਬਾਅਦ ਜਿਵੇਂ ਯੁੱਗ ਚੇਂਜ ਹੋਏ, ਪਲਾਸਟਿਕ ਦਾ ਯੁੱਗ ਆ ਗਿਆ, ਸਾਡੀ ਪੀੜ੍ਹੀ ਨੇ ਕੰਮ ਕਰਨਾ ਬੰਦ ਕਰਤਾ, ਬਟ ਇੱਕ ਇੱਕ ਬੰਦੇ ਨੂੰ ਵਿਰਾਸਤ ਦੇ ਤੌਰ 'ਤੇ ਇਸ ਕਲਾ ਦੇ ਵਿੱਚ ਕੰਮ ਕਰਨ ਦਾ ਤਰੀਕਾ ਹੁਨਰ ਬਖਸ਼ਦੇ ਗਏ। ਦੇਖੋ ਜੀ, ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਜਿਹੜੀ ਕਲਾਕ੍ਰਿਤੀਆਂ ਹੈਗੀਆਂ ਹੈ, ਜਿਹੜੀ ਆਰਟ ਆ, ਇਹਨੂੰ ਪ੍ਰਮੋਟ ਕਰਨ ਦੀ ਜ਼ਰੂਰਤ ਹੈਗੀ ਹੈ ਤਾਂ ਕਿ ਸਾਰੇ ਵੀਰਾਂ ਨੂੰ ਪਤਾ ਚੱਲੇ ਕਿ ਐਵੇਂ ਕਰਕੇ ਘਾਹ ਤੋਂ ਕਲਾਕ੍ਰਿਤੀਆਂ ਬਣਦੀਆਂ, ਪਰਾਲੀ ਤੋਂ ਕਲਾਕ੍ਰਿਤੀਆਂ ਬਣਦੀਆਂ, ਜਿਨ੍ਹਾਂ ਵਿੱਚ ਤੁਸੀਂ ਅੱਗ ਲਗਾਉਂਦੇ ਹੋ ਉਸ ਚੀਜ਼ਾਂ ਨੂੰ ਮੈਂ ਇਸਤੇਮਾਲ ਕਰਕੇ ਅਲੱਗ ਅਲੱਗ ਪ੍ਰਕਾਰ ਦੀ ਕਲਾਕ੍ਰਿਤੀਆਂ ਬਣਾ ਰਿਹਾ ਜਿਹਦਾ ਜੀ ਅੱਜ ਕੱਲ੍ਹ ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਮਨ ਉਸ ਕਲਾਕ੍ਰਿਤੀਆਂ ਨੇ ਮੋਹਿਆ ਹੋਇਆ। ਮੈਨੂੰ ਜੀ 5 ਸਾਲ ਦੇ ਕਰੀਬ ਦਾ ਇਸ ਖੇਤਰ ਵਿੱਚ ਕੰਮ ਕਰਦੇ ਹੋਏ ਸਮੇਂ ਹੋ ਚੁੱਕਿਆ ਜੀ। ਬਿਲਕੁਲ ਜੀ, ਪ੍ਰਧਾਨ ਮੰਤਰੀ ਜੀ ਵੱਲੋਂ ਮੈਨੂੰ ਲੈਟਰ ਪ੍ਰਾਪਤ ਹੈ ਜੀ, CM ਸਾਹਿਬ ਨੇ 26 ਜਨਵਰੀ 'ਤੇ ਸਮਾਪਤ ਕੀਤਾ ਹੈ ਜੀ, ਤੁਸੀਂ ਵੇਖ ਰਹੇ ਹੋ, ਅਤੇ ਹੋਰ ਵੀ ਕਈ ਸਟੇਟ ਅਵਾਰਡ ਵੀ CM ਸਾਹਿਬ ਨੇ ਦਿੱਤਾ ਹੈ ਜੀ, DC ਵੱਲੋਂ ਵੀ ਸਨਮਾਨਿਤ ਹੈ ਜੀ, ਵੱਖ ਵੱਖ ਸੰਸਥਾਵਾਂ ਜਿਹੜੀ ਸਮਾਜਿਕ ਭਲਾਈ ਸੰਸਕ੍ਰਿਤੀ ਦੇ ਲਈ ਕੰਮ ਕਰਦੀਆਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਹੋਇਆ, ਅਤੇ ਪੰਜਾਬ ਸਰਕਾਰ ਦੀ ਸਰਕਾਰੀ ਕਿਤਾਬ ਦੇ ਵਿੱਚ ਵੀ ਮੇਰਾ ਨਾਮ ਦਰਜ ਹੈਗਾ ਜਿਹਦੇ ਵਿੱਚ ਕਲੀਅਰਲੀ ਮੈਂਸ਼ਨ ਹੈ ਕਿ ਅਭਿਸ਼ੇਕ ਚੌਹਾਨ ਦੇਸ਼ ਦਾ ਪਹਿਲਾ ਇੱਦਾਂ ਦਾ ਕਲਾਕਾਰ ਆ ਜਿਹੜਾ ਅੱਖਾਂ 'ਤੇ ਪੱਟੀ ਬੰਨ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾ ਰਿਹਾ ਹੈ। ਮੈਂ ਵੀਰੇ 400 ਦੇ ਕਰੀਬ ਇਸ ਚੀਜ਼ਾਂ ਦੇ ਨਾਲ ਕਲਾਕ੍ਰਿਤੀਆਂ ਬਣਾ ਚੁੱਕਿਆ, ਜਿਹਦੇ 'ਚ ਕੁਛ ਕਲਾਕ੍ਰਿਤੀਆਂ ਮੈਂ ਉਹ ਲੈ ਕੇ ਆਇਆ ਹੈ ਜਿਵੇਂ ਕਿ ਤੁਸੀਂ ਅੱਗੇ ਦਿਖਾਓਗੇ ਵੀਰਾਂ ਨੂੰ। ਅਤੇ ਵੀਰੇ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਜਿਹੜਾ ਸਾਡਾ ਪੁਰਾਣੀ ਐਂਟੀਕ ਪੀਸ ਸੀਗੇ ਉਹਨਾਂ ਨੂੰ ਅਸੀਂ ਚੇਂਜ ਕਰਕੇ ਹੁਣ ਮਾਡਰਨ ਟੱਚ ਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਜਿਹੜਾ ਸਾਡਾ ਵਿਰਸਾ ਉਹ ਮਤਲਬ ਕਿ ਅੱਜ ਦੇ ਯੁੱਗ ਵਿੱਚ ਵੀ ਆਪਣੀ ਪਹਿਚਾਣ ਬਣਾ ਸਕੇ। ਬਿਲਕੁਲ ਜੀ, ਸਾਡੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਦੇ ਸਟੋਲ 'ਤੇ ਆਏ ਸੀਗੇ ਅਤੇ ਜਸਟ ਆਪਣੇ ਮਹਿਲ ਵਾਸਤੇ ਉਹਦੇ ਤੋਂ ਇੱਕ ਬਹੁਤ ਵਧੀਆ ਐਂਟੀਕ ਪੀਸ ਲੈ ਕੇ ਗਏ ਨੇ ਅਤੇ ਉਹਨਾਂ ਨੇ ਉਹ ਕਲਾਕ੍ਰਿਤੀ ਆਪਣੇ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਆ ਅਤੇ ਮੈਂ CM ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ 'ਤੇ ਇੱਦਾਂ ਦਾ ਉਪਰਾਲਾ ਉਰੇ ਸੁਲਤਾਨਪੁਰ ਲੋਧੀ ਵਿੱਚ ਕੀਤਾ ਅਤੇ ਮੇਰੇ ਜਿਹੇ ਪਤਨ ਕਿੰਨੇ ਕਲਾਕਾਰ ਉਹਨਾਂ ਨੇ ਬੁਲਾਏ ਨੇ ਅਤੇ ਮੇਰੇ ਕੋਲ ਆਉਣ ਵਾਸਤੇ ਉਹਨਾਂ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬਿਲਕੁਲ ਜੀ, ਮੇਰਾ ਪਲਾਨ ਹੈਗਾ ਕਿ ਅਸੀਂ 1,00,000 ਬੰਦਿਆਂ ਨੂੰ ਇਹ ਕਲਾਕ੍ਰਿਤੀਆਂ ਨਾਲ ਰੋਜ਼ਗਾਰ ਦੇਣਾ। ਫਿਲਹਾਲ ਵੀਰੇ ਮੈਂ ਨੇਤਰਹੀਣ ਲੋਕਾਂ ਨੂੰ ਸਿਖਾਉਣ ਦਾ ਇੱਛੁਕ ਹੈਗਾ ਜਿਹਦੇ ਵਿੱਚ ਮੈਂ ਹਰਿਆਣਾ ਸਰਕਾਰ ਦੇ ਨਾਲ ਇਹ ਕੰਮ ਵੀ ਕਰ ਰਿਹਾ ਅਤੇ ਬਾਕੀ 1,00,000 ਬੰਦਿਆਂ ਨੂੰ ਅਸੀਂ ਰੋਜ਼ਗਾਰ ਕਿਵੇਂ ਦੇ ਸਕਦੇ ਹਾਂ, ਜਿਵੇਂ ਕਿ ਜਿਹੜੀ ਤੁਸੀਂ ਦੇਖਦੇ ਹਾਂ ਘਾਹ ਤੋਂ ਬਣੀ ਜਵੈਲਰੀ ਹੋ ਗਿਆ, ਹੋਰ ਚੀਜ਼ਾਂ ਹੋ ਗਿਆ, ਜੇ ਰਾਖੀ ਦੀ ਸਿਰਫ ਗੱਲ ਕਰੀਏ ਜਿਹੜੀ ਘਾਹ ਤੋਂ ਬਣੀ ਹੋਈ ਆ, 100 ਕਰੋੜ ਦੇ ਆਬਾਦੀ ਰਾਖੀ ਦਾ ਤਿਉਹਾਰ ਮਨਾਉਂਦੀ ਆ ਅਤੇ ਆਪਾਂ ਸੋਚੀਏ ਕਿ ਉਸਦੇ ਆਪਾਂ ਚਾਈਨਾ ਤੋਂ ਬਣੀ ਹੋਈ ਰਾਖੀ ਦਾ ਇਸਤੇਮਾਲ ਕਰ ਰਹੇ ਹਾਂ ਜਦਕਿ ਆਪਾਂ ਘਾਹ ਤੋਂ ਬਣੀ ਹੋਈ ਰਾਖੀ ਦਾ ਵੀ ਇਸਤੇਮਾਲ ਕਰ ਸਕਦੇ ਹਾਂ ਅਤੇ ਉਹ ਰਾਖੀ ਨਾਲੇ ਘਾਹ ਤੋਂ ਬਣੀ ਹੋਈ ਆ, ਨਾਲੇ ਸਵੱਛ ਆ, ਨਾਲੇ ਪਵਿੱਤਰ ਆ, ਨਾ ਉਹ ਕੁਦਰਤ ਨੂੰ ਹਾਨੀ ਕਰ ਕਿਸੇ ਪ੍ਰਕਾਰ ਦਾ ਹਾਨੀ ਪਹੁੰਚਾਉਂਦੀ ਆ, ਨਾ ਉਹ ਬੰਦੇ ਨੂੰ ਪਹੁੰਚਾਉਂਦੀ ਆ ਜਿਹੜਾ ਪਾ ਰਿਹਾ। ਦੇਖੋ ਜੀ, ਜਿਹੜੀ ਵੀ ਇਹ ਮੇਰੇ ਕੋਲ ਅੱਖਾਂ ਦੇ ਪੱਟੀ ਬੰਨ ਕੇ ਘਾਹ ਤੋਂ ਕਲਾਕ੍ਰਿਤੀਆਂ ਬਣਾਉਣ ਦਾ ਗੁਣ ਹੈ, ਇਹ ਸਾਰਾ ਉਹ ਬਾਬੇ ਨਾਨਕ ਦੀ ਦੇਣ ਹੈਗੀ ਹੈ ਅਤੇ ਮੈਂ ਬਹੁਤ ਧੰਨ ਭਾਗ ਸਮਝਦਾ ਆਪਣੇ ਕਿ ਮੈਨੂੰ ਸੁਲਤਾਨਪੁਰ ਲੋਧੀ ਆਉਣ ਦਾ ਮੌਕਾ ਮਿਲਿਆ, ਬਾਬਾ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਅਤੇ ਉਹਦੇ ਸਾਧ ਸੰਗਤਾਂ ਦੇ ਸਨਮੁੱਖ ਹੋਣ ਦਾ ਮੌਕਾ ਮਿਲਿਆ।